ਦੋਸਤੋ, ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਪ੍ਰਧਾਨ ਮੰਤਰੀ ਨਿਵਾਸ ਦੇ ਵਿੱਚ ਗਾਵਾਂ ਰੱਖੀਆਂ ਨੇ, ਪਹਿਲਾਂ ਵੀ ਇਹਨਾਂ ਦੀਆਂ ਤਸਵੀਰਾਂ ਜਨਤਕ ਹੁੰਦੀਆਂ ਨੇ, ਅਤੇ ਇਸ ਦੌਰਾਨ ਇਹ ਜਿਹੜੀ ਗਾਂ ਪ੍ਰਧਾਨ ਮੰਤਰੀ ਸਾਹਿਬ ਨੇ ਰੱਖੀ ਹੋਈ ਹੈ, ਇਹ ਪੂਗਨੂਰ ਕਿਸਮ ਦੀ ਗਾਂ ਹੈ। ਇਸ ਦੀ ਹਾਈਟ ਬਹੁਤ ਛੋਟੀ ਹੁੰਦੀ ਹੈ, ਲੇਕਿਨ ਬੜੇ ਕੰਮ ਦੀ ਸ਼ੈ ਆ। 3 ਲੱਖ ਤੋਂ ਲੈ ਕੇ 20 ਲੱਖ ਰੁਪਏ ਤੱਕ ਇਸ ਦਾ ਰੇਟ ਹੈ, ਅਤੇ ਇਸਦਾ ਦੁੱਧ ਵੀ 300 ਤੋਂ ਲੈ ਕੇ 1000 ਰੁਪਏ ਲੀਟਰ ਵਿਕਦਾ। ਇਸ ਦਾ ਘਿਓ 10000 ਤੋਂ ਲੈ ਕੇ 50000 ਰੁਪਏ ਤੱਕ ਕਿਲੋ ਵਿਕਦਾ। ਆਂਧਰਾ ਪ੍ਰਦੇਸ਼ ਦੇ ਪੁਗਨੂਰ ਇਲਾਕੇ ਦੇ ਵਿੱਚ ਇਹ ਗਾਂ ਪਾਈ ਜਾਂਦੀ ਹੈ, ਅਤੇ ਉੱਥੋਂ ਹੀ ਇਸ ਦੁਰਲੱਭ ਨਸਲ ਦਾ ਨਾਂ ਪਿਆ ਪੁਗਨੂਰ ਤੋਂ। ਜਿਵੇਂ ਹੁਣ ਸਾਹੀਵਾਲ ਹੈ, ਸਾਹੀਵਾਲ ਪਾਕਿਸਤਾਨ ਦਾ ਇਲਾਕਾ ਹੈ, ਥਾਰ ਪਾਰਕਰ ਹੈ, ਇਹ ਪਾਕਿਸਤਾਨ ਦਾ ਇਲਾਕਾ, ਇਸ ਕਰਕੇ ਗਾਵਾਂ ਦੀ ਥਾਰ ਪਾਰਕਰ ਨਸਲ ਹੈ। ਜੈਫਰਾਬਾਦੀ ਮੱਝਾਂ ਨੇ ਕਈ ਸਟੇਟਾਂ 'ਚ, ਛੱਤੀਸਗੜ੍ਹ ਦੇ ਵਿੱਚ ਜਿਹੜੀ ਮਿਰਖਲ ਜੈਫਰਾਬਾਦੀ ਛੱਤੀਸਗੜ੍ਹ ਦੀ ਹੈ। ਕੜਕਨਾਥ ਹੈ, ਇਹ ਵੀ ਉੱਥੋਂ ਦਾ ਜੀਓਗ੍ਰਾਫਿਕ ਟੈਗ ਹੈ। ਕੜਕਨਾਥ ਮੁਰਗਿਆਂ ਨੂੰ ਲੈ ਕੇ ਜਿਹੜੇ ਅਦਾਲਤੀ ਲੜਾਈ ਚੱਲੀ ਸੀ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਵਿੱਚ, ਸੋ ਕਿਸੇ ਵੀ ਇਲਾਕੇ ਦੀ, ਜਿਵੇਂ ਮਥੁਰਾ ਦੇ ਪੇੜੇ, ਪਟਿਆਲੇ ਦਾ ਪੈੱਗ ਹੈ ਨਾ, ਪਟਿਆਲੇ ਦਾ ਬਿੱਲ ਸ਼ੇਕ, ਮੈਂ ਤਾਂ ਡੀ ਸੀ ਸਾਹਿਬ ਨੂੰ ਵੀ ਆਖਿਆ ਸੀ ਮੈਡਮ ਨੂੰ ਵੀ ਇਹਨੂੰ ਕਾਪੀਰਾਈਟ ਕਰਾਉਣਾ ਚਾਹੀਦਾ ਇਹਦਾ। ਇਹਨਾਂ ਚੀਜ਼ਾਂ ਦਾ ਜੀਓਗ੍ਰਾਫਿਕ ਟੈਗ ਹੁੰਦਾ। ਹਾਲਾਂਕਿ ਮਤਲਬ ਧਰਮ ਦੇ ਵਿੱਚ, ਜਿਵੇਂ ਹਿੰਦੂ ਧਰਮ ਦੇ ਵਿੱਚ ਇਹ ਮਾਨਤਾ ਕਿ ਜਦੋਂ ਸਮੁੰਦਰ ਰਿੜਕਿਆ ਗਿਆ, ਉਹਦੇ 'ਚੋਂ ਦਾਰੂ ਨਿਕਲੀ, ਕਈ ਪਦਾਰਥ ਨਿਕਲੇ, 13 ਰਤਨ ਨਿਕਲੇ, ਉਹਦੇ 'ਚ ਕਹਿੰਦੇ ਕਿ ਜਿਹੜੀ ਇਹ ਪੁਗਨੂਰ ਗਾਂ ਆ ਇਹ ਸਮੁੰਦਰ 'ਚੋਂ ਨਿਕਲੀ। ਹਾਲਾਂਕਿ ਇਹਦੇ 'ਚ ਵੱਖ ਵੱਖ ਮਿੱਤਾਂ ਨੇ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਅੰਮ੍ਰਿਤ ਪ੍ਰਾਪਤੀ ਦੇ ਲਈ ਜਦੋਂ ਦੇਵ ਅਤੇ ਦਾਨਵ, ਯਾਨੀ ਕਿ ਰਾਕਸ਼ਾਂ ਅਤੇ ਦੇਵਾਂ ਦੇ ਵਿੱਚ ਮਿਲ ਕੇ ਜਿਹੜਾ ਸਮੁੰਦਰ ਉਹਨਾਂ ਨੇ ਰਿੜਕਿਆ ਮਧਾਣੀ ਪਾਈ ਸੱਪ ਨੂੰ ਫੜ ਕੇ ਸ਼ੇਸ਼ਨਾਗ ਨੂੰ, ਤਾਂ ਅੰਮ੍ਰਿਤ ਨਿਕਲਣ ਤੋਂ ਪਹਿਲਾਂ ਕਈ ਦੁਰਲੱਭ ਚੀਜ਼ਾਂ ਵੀ ਉਸ 'ਚੋਂ ਨਿਕਲੀਆਂ। ਉਸ ਦੇ ਵਿੱਚ ਇੱਕ ਸੁਰਬੀ ਗਾਂ ਵੀ ਨਿਕਲੀ, ਜਿਸ ਨੂੰ ਕਾਮਧੇਨੂ ਵੀ ਕਿਹਾ ਜਾਂਦਾ। ਹੁਣ ਤੱਕ ਅਸੀਂ ਕਾਮਧੇਨੂ ਸੁਣਦੇ ਹਾਂ ਕਿ ਇੱਛਤ ਗਾਂ ਆ, ਉਹ ਜੋ ਮੰਗੋ ਮਿਲ ਜਾਂਦਾ। ਅਤੇ ਆਂਧਰਾ ਪ੍ਰਦੇਸ਼ ਦੇ ਲੋਕਾਂ ਨੇ ਉਹ ਜਿਹੜੀ ਪੁਗਨੂਰ ਹੈ ਉਸ ਨੂੰ ਸੁਰਬੀ ਗਾਂ ਆਖਿਆ, ਯਾਨੀ ਕਾਮਧੇਨੂ ਵੀ ਆ, ਸੁਰਬੀ ਵੀ ਕਹਿੰਦੇ ਨੂੰ। ਜਿਹੜੀ ਆਂਧਰਾ ਦੇ ਲੋਕ ਨੇ, ਉਹਨਾਂ ਨੇ ਆਪਣੇ ਭਾਸ਼ਾ 'ਚ ਉਸ ਇਲਾਕੇ 'ਚ ਇਸ ਗਾਂ ਨੂੰ ਪੁਗਨੂਰ ਬਣਾ ਦਿੱਤਾ। ਇਹ ਕੁਦਰਤੀ ਹੈ, ਜਿਵੇਂ ਆ ਮੂੰਗਾ ਪੱਥਰ ਹੈ ਜਿਹੜਾ ਜਵਾਲਾਮੁਖੀ ਫਟਣ ਤੋਂ ਬਾਅਦ ਲਾਈਟ ਵੇਟ, ਜਿਹਨੂੰ ਆਪਾਂ ਝਾਵਾਂ ਬਣਾਉਂਦੇ ਹਾਂ ਗਿੱਟਿਆਂ ਦੀ ਮੈਲ ਲਾਉਣ ਨੂੰ, ਝਾਵਾਂ, ਉਹ ਪੱਥਰ ਜਿਹੜਾ ਪਾਣੀ 'ਤੇ ਤੈਰਦਾ, ਉਹਨੂੰ ਮਤਲਬ ਸ਼੍ਰੀ ਰਾਮ ਦਾ ਪੱਥਰ ਕਹਿ ਲਿਆ ਜਾਂਦਾ। ਹਾਲਾਂਕਿ ਉਹ ਮੂੰਗਾ ਪੱਥਰ ਹੈ, ਜਵਾਲਾਮੁਖੀ 'ਚੋਂ ਫਟਦਾ, ਜਿੱਥੇ ਸ਼੍ਰੀ ਰਾਮ ਦਾ ਜਾਂ ਕਿਤੇ ਧਰਮ ਦਾ ਉੱਥੇ ਪ੍ਰਚਾਰ ਨਹੀਂ, ਦੁਨੀਆਂ ਦੇ ਕਿਸੇ ਵੀ ਕੋਨੇ 'ਚ ਉੱਥੇ ਵੀ ਇਹ ਮਿਲਦਾ ਇਹ, ਪਰ ਜਿਹੜਾ ਹੈਗਾ ਰਾਮ ਸੇਤੂ ਦੇ ਨਾਲ ਜੋੜ ਦਿੱਤਾ ਗਿਆ। ਸੋ ਇਸੇ ਤਰ੍ਹਾਂ ਇਹ ਧਾਰਮਿਕ ਜੀਓਗ੍ਰਾਫਿਕ ਕਾਪੀਰਾਈਟ ਬਣ ਜਾਂਦੇ ਨੇ ਕਈ ਚੀਜ਼ਾਂ ਦੇ। ਇਸ ਸਿਲਸਿਲੇ ਵਿੱਚ ਇਸ ਗਾਂ ਦੀ ਉਚਾਈ ਕਹਿੰਦੇ ਮੰਨਿਆ ਜਾਂਦਾ ਉਦੋਂ 10 ਫੁੱਟ ਸੀ, ਲੇਕਿਨ ਜੋ ਸਮੇਂ ਕਾਲ ਪਿਆ, ਕਾਲ ਦੇ ਪ੍ਰਭਾਵ ਨਾਲ ਛੋਟੀ ਹੋ ਗਈ। ਹੁਣ ਸਵਾਲ ਇਹ ਵੀ ਹੈ ਕਿ ਜੇ ਇਹ ਸਮੁੰਦਰ ਮੰਥਨ 'ਚੋਂ ਨਿਕਲੀ ਹੈ, ਇਹ ਉਹ ਦੁਰਲੱਭ ਗਾਂ ਆ ਸੁਰਬੀ ਜਾਂ ਪੁਗਨੂਰ ਕਹਿ ਲਈਏ ਜੋ ਮੋਦੀ ਸਾਹਿਬ ਨੇ ਰੱਖੀ ਹੈ, ਜਾਂ ਕਾਮਧੇਨੂ ਹੈ, ਫਿਰ ਜੇ ਪਰਮਾਤਮਾ ਦੀ ਕਿਰਪਾ ਨਾਲ ਪੈਦਾ ਹੋਈ ਹੈ, ਤਾਂ ਫਿਰ ਕਾਲ ਦੇ ਵਿੱਚ ਇਹ ਕਿਉਂ ਛੋਟੀ ਹੋ ਗਈ, ਇਹ ਬੌਣੀ ਕਿਉਂ ਹੋ ਗਈ? ਸੋ ਇਸ ਦੌਰਾਨ ਫਿਰ ਇਹ ਕਹਿੰਦੇ ਇਸ ਦਾ ਕੱਦ ਘੱਟ ਗਿਆ। ਜਦੋਂ ਦੁਰਲੱਭ ਹੈ ਤਾਂ ਉਹਦੀ ਖਾਸੀਅਤ ਹੈ, ਜਿਵੇਂ ਉਹ ਸੁਖਬੀਰ ਬਾਦਲ ਇੱਕ ਨਿੱਕੇ ਜਿਹੇ ਘੋੜੇ 'ਤੇ ਜਿਹਨੂੰ ਟੱਟੂ ਕਹਿੰਦੇ ਉਸ ਨੂੰ ਦੌੜਾਉਂਦੇ, ਉਹ ਵੀ ਕੀਮਤੀ ਹੈ। ਸੋ ਵੈਦਿਕ ਕਾਲ ਦੇ ਵਿੱਚ, ਜਿਵੇਂ ਹੁਣ ਬੋਨਸਾਈ ਬੂਟੇ ਨੇ ਕੀਮਤੀ ਹੋ ਗਏ, ਵੈਦਿਕ ਕਾਲ ਦੇ ਵਿੱਚ ਜਦੋਂ ਵਿਸ਼ਵਾਮਿੱਤਰ ਰਾਜਾ ਸੀ, ਤਾਂ ਉਸਨੇ ਰਿਸ਼ੀ ਵਸਿਸ਼ਠ ਤੋਂ ਕਾਮਧੇਨੂ ਗਊ ਹੜੱਪਣ ਲਈ ਯੁੱਧ ਕੀਤਾ ਸੀ ਗਾਂ ਵਾਸਤੇ। ਇਸ ਯੁੱਧ ਦੇ ਵਿੱਚ ਰਿਸ਼ੀ ਵਸਿਸ਼ਠ ਨੇ ਕਾਮਧੇਨੂ ਦੀ ਮਦਦ ਕੀਤੀ, ਇਸ ਕਾਰਨ ਰਾਜਾ ਵਿਸ਼ਵਾਮਿੱਤਰ ਹਾਰ ਗਏ, ਅਤੇ ਇਸ ਦੁੱਧ ਨੂੰ ਤ੍ਰਿਪਤੀ ਬਾਲਾਜੀ ਦੇ ਵਿੱਚ, ਇਸ ਦੁੱਧ ਨਾਲ ਉਸ ਤ੍ਰਿਪਤੀ ਬਾਲਾਜੀ ਦਾ ਅਭਿਸ਼ੇਕ ਕੀਤਾ ਗਿਆ, ਅਤੇ ਉਸਨੂੰ ਸ਼ਿਰਮ ਅਭਿਸ਼ੇਕ ਕਿਹਾ ਜਾਂਦਾ। ਅਤੇ ਜਿਸ ਦੌਰਾਨ ਸ਼ਾਸਤਰਾਂ ਦੇ ਅਨੁਸਾਰ ਸਮੁੰਦਰ ਮੰਥਨ ਦੇ ਵਿੱਚ ਕਾਮਧੇਨੂ ਗਊ ਨਿਕਲੀ, ਜਿਸ ਨੂੰ ਸੁਰਬੀ ਵੀ ਕਿਹਾ ਜਾਂਦਾ, ਪਰ ਆਂਧਰਾ ਦੇ ਪੁਗਨੂਰ ਇਲਾਕੇ ਦੇ ਲੋਕ ਇਸ ਨੂੰ
ਉਸ ਉਹੀ ਗਾਂ ਦਿਵਿਆ ਮੰਥਨ ਮੰਨਦੇ ਨੇ ਅਤੇ ਇਸ ਗਾਂ ਦਾ ਦੁੱਧ ਦੱਖਣ ਦੇ ਕਈ ਮੰਦਰਾਂ ਦੇ ਵਿੱਚ ਭਗਵਾਨ ਦੇ ਲਈ ਬਣਾਏ ਜਾਂਦੇ ਭੋਗ ਦੇ ਵਿੱਚ ਪੈਂਦਾ ਹੈ। ਤਿਰਪਤੀ ਬਾਲਾ ਦੇ ਵਿੱਚ ਰੋਜ਼ ਇਸੇ ਗਾਂ ਦੇ ਦੁੱਧ ਦਾ ਭੋਗ ਲੱਗਦਾ ਅਤੇ ਇਹ ਗਾਵਾਂ ਦੀ ਨਸਲ ਖਤਮ ਹੋਣ ਲੱਗੀ, ਜਿਵੇਂ ਆਰਾਮ ਗਊਆਂ ਨੇ ਉਹਨਾਂ ਦੇ ਜਿਹੜੀ ਉਹ ਜਨੈਟਿਕ ਇਸ ਤਰ੍ਹਾਂ ਦੀ, ਉਹਨਾਂ ਦੇ ਸਿੰਘ ਬਹੁਤ ਵੱਡੇ ਨੇ, ਵਿਦੇਸ਼ 'ਚ ਬਹੁਤ ਮਹਿੰਗੀਆਂ ਨੇ। ਇਸੇ ਤਰ੍ਹਾਂ ਜਿਹੜੀ ਪਗਨੂਰ ਗਾਂ ਆ ਇਹ ਵੀ ਇੰਗਲੈਂਡ ਦੇ ਵਿੱਚ ਵੀ ਹੈ, ਇਹ ਵੱਧ ਤੋਂ ਵੱਧ 3 ਲੀਟਰ ਦੁੱਧ ਦੇ ਸਕਦੀ ਹੈ। ਜਦੋਂ ਕਿ ਜਿਹੜੀ ਨਿਊਜਰਸੀ, ਮੈਂ ਤੁਹਾਨੂੰ ਤਸਵੀਰ ਵੀ ਦਿਖਾ ਦਿਆਂ ਲਾਈਵ ਪ੍ਰੋਗਰਾਮ ਦੇ ਵਿੱਚ, ਮੋਦੀ ਸਾਹਿਬ ਨੇ ਚੁੱਕੀ ਹੋਇਆ ਛੋਟਾ ਜਿਹਾ ਵਛੜਾ ਆ, ਅਤੇ ਦੇਖੋ ਬੱਚੇ ਜਿੱਡਾ ਕੁ ਹੈਗਾ, ਮਨੁੱਖ ਦੇ ਬੱਚੇ ਜਿੱਡਾ ਕੁ ਹੈਗਾ, ਆਹ ਵੱਡੀਆਂ ਗਾਵਾਂ ਨੇ ਜਿਹੜੀਆਂ ਤੁਸੀਂ ਵੇਖ ਰਹੇ ਹੋ। ਇਸ ਦੌਰਾਨ ਆਂਧਰਾ ਪ੍ਰਦੇਸ਼ ਦੇ ਪਸ਼ੂ ਧਨ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਨੁਸਾਰ ਆਂਧਰਾ ਪ੍ਰਦੇਸ਼ ਵਿੱਚ ਇਸ ਪਗਨੂਰ ਗਾਵਾਂ ਦੀਆਂ ਤਕਰੀਬਨ ਜਿਹੜੇ ਨੇ 2772 ਗਾਵਾਂ ਹੀ ਬਚੀਆਂ ਨੇ। ਸੋ ਇਹਨਾਂ ਦੀ ਸਾਂਭ ਸੰਭਾਲ ਵਾਸਤੇ, ਇਹਨਾਂ ਨੂੰ ਬਚਾਉਣ ਲਈ ਸਰਕਾਰ ਨੇ ਸੋਚਣਾ ਸ਼ੁਰੂ ਕੀਤਾ, ਲੇਕਿਨ ਕੋਈ ਯੋਜਨਾ ਨਹੀਂ ਬਣ ਸਕੀ। ਇਸ ਤੋਂ ਪਹਿਲਾਂ ਕਾਕੀਨਾੜਾ ਦੇ ਵਿੱਚ ਡਾਕਟਰ ਕ੍ਰਿਸ਼ਨ ਰਾਜੂ ਨੇ ਕੰਮ ਕੀਤਾ। 2019 ਦੇ ਵਿੱਚ ਉਸਨੇ ਮਨੇਚਰ ਪਗਨੂਰ ਗਾਂ ਦੀ ਨਸਲ ਖੋਜੀ। ਉਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਆਂਧਰਾ ਸਰਕਾਰ ਨੇ 2022 ਦੇ ਵਿੱਚ ਮਿਸ਼ਨ ਪਗਨੂਰ ਸ਼ੁਰੂ ਕੀਤਾ। ਇਸ ਦੇ ਤਹਿਤ ਆਂਧਰਾ ਸਰਕਾਰ ਨੇ IVF ਤਕਨੀਕ ਦੇ ਨਾਲ ਪਗਨੂਰ ਗਾਵਾਂ ਦੀ ਆਬਾਦੀ ਵਧਾਈ, ਉਹੀ ਜਿਹੜੀ ਵਿਗਿਆਨਕ ਗੋਰਿਆਂ ਦੀ ਤਕਨੀਕ ਹੈ, ਮਤਲਬ IVF, ਅਤੇ ਇਸ ਦੇ ਲਈ 69,36,00,000 ਰੁਪਏ ਮਨਜ਼ੂਰ ਹੋਇਆ। ਸਰਕਾਰੀ ਪ੍ਰੋਜੈਕਟ ਅਤੇ ਡਾਕਟਰ ਰਾਜੂ ਦੇ ਵਿਅਕਤੀਗਤ ਯਤਨਾਂ ਦੇ ਨਾਲ ਆਂਧਰਾ ਪ੍ਰਦੇਸ਼ ਦੇ ਪਗਨੂਰ ਗਾਵਾਂ ਦੀ ਸੰਖਿਆ ਹੁਣ ਵੱਧ ਕੇ 13,275 ਹੋ ਗਈ ਹੈ। ਅੰਗਰੇਜ਼ੀ ਦਾ ਬੜਾ ਚਰਚਿਤ ਅਖਬਾਰਾਂ ਦਾ ਹਿੰਦੂ, ਉਸ ਦੀ ਰਿਪੋਰਟ ਹੈ ਕਿ ਮਿਸ਼ਨ ਪਗਨੂਰ ਦੇ ਤਹਿਤ 5 ਸਾਲਾਂ ਦੇ ਵਿੱਚ ਸਰਕਾਰ ਇੱਕ ਗਾਂ ਤੋਂ ਔਸਤਨ 8 ਬੱਚੇ ਚਾਹੁੰਦੀ ਹੈ। ਮਤਲਬ 5 ਸਾਲਾਂ 'ਚ 8 ਬੱਚੇ, ਤੁਸੀਂ ਹਿਸਾਬ ਲਾ ਲਓ ਕਿ 99 ਮਹੀਨੇ ਹਰ ਸੂਆ ਹੈ ਨਾ, ਅਤੇ ਮਤਲਬ 8 ਬੱਚੇ ਸਰਕਾਰ ਦੀ ਕੋਸ਼ਿਸ਼ ਹੈ 5 ਸਾਲ 'ਚ, 60 ਮਹੀਨਿਆਂ 'ਚ 8 ਬੱਚੇ, ਅਤੇ ਮਤਲਬ 7.5-7 ਮਹੀਨੇ ਬਾਅਦ ਸੂਆ, ਇਹ ਕਿਵੇਂ ਹੋ ਜਾਏਗਾ? ਕਿਉਂਕਿ 9 ਮਹੀਨੇ ਤਾਂ ਲੱਗਦੇ ਨੇ ਨਾ, 12 × 5 = 60, 60 ਮਹੀਨੇ ਨੇ, ਅਤੇ 60 ਨੂੰ 8 ਨਾਲ ਡਿਵਾਈਡ ਕੀਤਾ, 8 × 8 = 64, 8 × 7 = 56, ਮਤਲਬ 7.5-7 ਮਹੀਨੇ ਵੀ ਇਹ ਸੂ ਪਵੇ, ਦੱਸੋ 7ਵਾਂ ਹੋ ਜਾਵੇ। ਮਤਲਬ ਇਹ ਸਰਕਾਰ ਦਾ ਮਿਸ਼ਨ ਹੈ ਕਿ ਮਤਲਬ ਇਹਦੀ ਆਬਾਦੀ ਵਧਾਓ। ਅਤੇ ਇਸ ਦੌਰਾਨ ਕਿਉਂਕਿ ਇਹਦੇ 'ਚ ਲੋਕਾਂ ਦੀ ਕਿਉਰਿਓਸਿਟੀ ਹੈ, ਹੁਣ ਪ੍ਰਧਾਨ ਮੰਤਰੀ ਸਾਹਿਬ ਕੋਲ ਤਾਂ ਕੁਦਰਤੀ ਹਰ ਅਮੀਰ ਕੋਸ਼ਿਸ਼ ਕਰੇਗਾ ਕਿ ਪਵਿੱਤਰ ਹੈ ਇਹਦਾ ਹੀ ਗਾਂ ਦਾ ਮੰਦਰ 'ਚ ਲੱਗਣਾ ਚਾਹੀਦਾ, ਭੋਗ ਬਣਨਾ ਚਾਹੀਦਾ ਦੁੱਧ ਦਾ ਇਹਦੇ, ਤਾਂ ਇਹਦਾ ਮਤਲਬ 10,000 ਰੁਪਏ ਤੱਕ ਇਹਦਾ ਰੇਟ ਜਾ ਰਿਹਾ ਦੁੱਧ ਦਾ, ਘਿਓ ਦਾ ਤਾਂ 50,000 ਤੱਕ ਜਾ ਰਿਹਾ। ਸੋ ਜਿਹੜਾ ਦੁੱਧ ਦਾ ਰੇਟ ਹੈ 300 ਤੋਂ ਲੈ ਕੇ 1,000 ਰੁਪਏ ਲੀਟਰ, ਘਿਓ 10,000 ਤੋਂ ਲੈ ਕੇ 50,000 ਰੁਪਏ ਕਿਲੋ। ਸੋ ਇਸ ਕਰਕੇ ਇਹ ਇੱਕ ਬਿਜ਼ਨਸ ਵੀ ਬਣ ਗਿਆ। ਹੁਣ ਉਹ ਮਨੇਚਰ ਨਸਲ ਮਨਾ ਦਿੱਤੀ, ਜਿਵੇਂ ਬੋਨਸਾਈ ਬੂਟੇ ਹੁੰਦੇ ਨੇ, ਇਹਦੇ 'ਚ ਹੁਣ ਗੈਰ ਕੁਦਰਤੀ ਵੀ ਚੀਜ਼ ਕੀਤੀ ਜਾਏਗੀ। ਕਿਉਂਕਿ ਜਦੋਂ ਤੁਸੀਂ ਮਤਲਬ ਸਰਕਾਰ ਦੀ ਇਹ ਯੋਜਨਾ ਕਿ 5 ਸਾਲ 'ਚ ਇਸ ਤੋਂ ਮਤਲਬ 8 ਸੂਏ ਲੈ ਜਾਣ, ਹੈ ਨਾ, ਸੋ ਇਹ ਕਿੱਦਾਂ ਮਤਲਬ ਸੰਭਵ ਹੋ ਸਕਦਾ? 5 ਸਾਲ 'ਚ 5 ਸੂਏ ਥੋੜ੍ਹੇ ਆ, ਮਤਲਬ ਪਹਿਲਾ ਬੱਚਾ ਹੋਣ ਸਾਰ ਨਾਲ ਦੀ ਨਾਲ ਨਵੇਂ ਦੁੱਧ, ਉਹ IVF ਤਕਨੀਕ ਨਾਲ, ਇਹ ਗੈਰ ਕੁਦਰਤੀ ਤਰੀਕਾ ਹੈ ਨਾ, ਨੈਚੁਰਲ ਤਰੀਕਾ ਥੋੜ੍ਹੀ ਹੈ। ਸੋ ਇਸ ਕਰਕੇ ਇਹ ਹੁਣ ਇਹਨਾਂ ਦੀ ਤਾਦਾਦ ਗਾਵਾਂ ਦੀ 13,275 ਹੋ ਗਈ ਹੈ, ਅਤੇ ਇਸ ਕਰਕੇ ਅਜਿਹਾ ਕਰਨ ਦਾ ਅਨੁਮਾਨ ਹੈ ਕਿ ਕੁਝ ਸਾਲਾਂ ਦੇ ਵਿੱਚ 200 ਗਾਵਾਂ ਤੋਂ ਸਰਕਾਰ ਨੇ 1690 ਗਾਵਾਂ ਪੈਦਾ ਕਰਨ ਦਾ ਟੀਚਾ ਰੱਖਿਆ। ਯਾਨੀ 5 ਸਾਲ ਦੇ ਵਿੱਚ ਸਰਕਾਰ ਇੱਕ ਗਾਂ ਤੋਂ ਔਸਤਨ 8 ਬੱਚੇ ਪੈਦਾ ਕਰੇਗੀ। ਇਹ ਗਊ ਮਾਤਾ ਨਾਲ ਧੱਕਾ ਨਹੀਂ, ਮਾਫ਼ ਕਰਨਾ, ਮਤਲਬ 9 ਮਹੀਨੇ ਤਾਂ ਜਾਨਵਰ ਨੂੰ ਲੱਗਦੇ ਹੀ ਨੇ ਨਾ, ਅਤੇ ਫਿਰ 2-3 ਮਹੀਨੇ 'ਚ ਉਹਦੇ ਅੰਦਰੋਂ ਸਾਫ਼ ਸਫਾਈ ਹੁੰਦੀ ਹੈ,
ਅਤੇ ਫਿਰ ਕਿਤੇ ਜਾ ਕੇ ਉਹ ਹਰੀ ਹੁੰਦੀ ਹੈ, ਨਵੇਂ ਦੁੱਧ ਹੁੰਦੀ ਹੈ, ਪ੍ਰੈਗਨੈਂਸੀ ਹੁੰਦੀ ਹੈ। ਸੋ ਸਰਕਾਰ ਦੀਆਂ ਕੋਸ਼ਿਸ਼ਾਂ ਤਾਂ ਕਮਾਲ ਹੀ ਹੈ ਵੈਸੇ। ਖੈਰ, ਅਯੁਰਵੇਦ ਵੈਦਿਕ ਡਾਕਟਰਾਂ ਨੇ ਇਸ ਦੀ ਹੈਟ ਦਾ ਜਿਹੜਾ ਐਕਸਪੈਰੀਮੈਂਟ ਕੀਤਾ। ਆਂਧਰਾ ਪ੍ਰਦੇਸ਼ ਦੇ ਕਾਕੀਵਾੜਾ ਦੇ ਵਿੱਚ ਅਯੁਰਵੈਦਿਕ ਡਾਕਟਰ ਕ੍ਰਿਸ਼ਨ ਰਾਜੂ ਨੇ ਦੱਸਿਆ ਕਿ ਉਹਨਾਂ ਦਿਨਾਂ ਦੇ ਵਿੱਚ 1 ਲੱਖ ਰੁਪਏ ਦੇ ਕੇ ਉਹਨਾਂ ਨੇ ਪਗਨੂਰ ਗਾਂ ਖਰੀਦੀ। ਇਸ ਦੌਰਾਨ ਉਹਨਾਂ ਨੇ ਐਕੂਪੈਂਚਰ ਤਕਨੀਕ ਦੇ ਨਾਲ ਇਸ ਨੂੰ ਮਿਨੀਏਚਰ ਗਾਂ ਬਣਾਉਣ ਦਾ ਖਿਆਲ ਹੈ। ਉਸਨੇ ਦੇਖਿਆ ਕਿ ਕੁੱਤਾ ਪਾਲਣ ਦਾ ਸ਼ੌਕ ਵੱਧਦਾ ਜਾ ਰਿਹਾ, ਲੋਕ ਬੈੱਡਰੂਮ ਤੱਕ ਕੁੱਤੇ ਨੂੰ ਲੈ ਗਏ ਨੇ। ਇਸ ਤੋਂ ਬਾਅਦ ਡਾਕਟਰ ਰਾਜੂ ਨੇ ਗਾਂ ਦੇ ਕੱਦ ਨੂੰ ਘੱਟ ਕਰਨ ਦੇ ਕੰਮ ਕੀਤਾ, ਜਾਣੀ ਬੌਣੀਆਂ ਬਣਾ ਲਈਆਂ। ਪਗਨੂਰ ਗਾਂ ਦਾ ਬੱਚਾ ਜਦੋਂ ਪੈਦਾ ਹੁੰਦਾ ਤਾਂ ਇਸਦੀ ਹਾਈਟ 2.5 ਫੁੱਟ ਤੱਕ ਹੁੰਦੀ ਹੈ। ਬੱਚੇ ਦੇ ਪੈਦਾ ਹੋਣ ਤੋਂ ਬਾਅਦ ਫਿਰ ਇਸ ਨੂੰ ਐਕੂਪੰਚਰ ਟ੍ਰੀਟਮੈਂਟ ਦਿੱਤਾ ਜਾਂਦਾ, ਜਿਸ ਦੇ ਨਾਲ ਉਸਦੀ ਹਾਈਟ ਕੁਝ ਸੈਂਟੀਮੀਟਰ ਤੱਕ ਹੀ ਵੱਧਦੀ ਹੈ। 14 ਸਾਲ ਬਾਅਦ, ਕਈ ਪ੍ਰਯੋਗ ਤੋਂ ਬਾਅਦ ਇਸ ਨੇ ਸਫਲਤਾਪੂਰਵਕ ਤਰੀਕੇ ਨਾਲ 2019 ਦੇ ਵਿੱਚ ਮਿਨੀਏਚਰ ਪਗਨੂਰ ਨੂੰ ਸਾਹਮਣੇ ਲਿਆਂਦਾ ਇਸ ਛੋਟੇ ਉਹਨੂੰ, ਕਿਉਂਕਿ ਇੰਗਲੈਂਡ ਦੇ ਵਿੱਚ ਜਾਂ ਹੋਰ ਤੁਸੀਂ ਵੇਖਿਆ ਬਹੁਤ ਸਾਰੇ ਅਮੀਰ ਹਿੰਦੂ ਜਾਂ ਮੰਦਰਾਂ 'ਚ ਗਾਵਾਂ ਘਰ ਰੱਖੀਆਂ ਹੋਈਆਂ ਨੇ। ਸੋ ਕੀ ਇਹ ਕੁਦਰਤ ਨਾਲ ਵਿਗਾੜ ਨਹੀਂ? ਜੇ ਅਸੀਂ ਮਤਲਬ ਕਹਿੰਦੇ ਹਾਂ ਕਿ ਇਹਨਾਂ ਨੂੰ ਖੁੱਲ੍ਹੀਆਂ ਛੱਡੋ, ਇਹਨਾਂ ਨੂੰ ਇੱਦਾਂ ਨਾ ਕਰੋ, ਯੇ ਨਾ ਕਰੋ, ਫਿਰ ਉਹਦੇ ਕੱਦ ਕਾਠ ਨਾਲ ਤੁਸੀਂ ਇੱਕ ਜੈਨੇਟਿਕ ਧੱਕਾ ਨਹੀਂ ਕਰ ਰਹੇ? ਅਤੇ ਇਸ ਗਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਮਕਰ ਸੰਕ੍ਰਾਂਤੀ ਮੌਕੇ ਵੇਖੇ ਗਏ। ਅਤੇ ਇਸ ਦੇ ਵਿੱਚੋਂ ਡਾਕਟਰ ਕ੍ਰਿਸ਼ਨ ਆਂਧਰਾ ਪ੍ਰਦੇਸ਼ ਦੇ ਨੇ, ਕਾਕੀਵਾੜਾ ਦੇ ਨਾਦੀ ਪੰਥੀ ਨਾਮ ਦੀ ਗਊਸ਼ਾਲਾ ਚਲਾਉਂਦੇ ਨੇ ਅਤੇ ਉਹਨਾਂ ਦੀ ਇਹ ਕਰਮ ਸਥਲੀ ਵੀ ਹੈ। ਛੋਟੀ ਪਗਨੂਰ ਗਾਂ ਬਣਾਉਣ ਦੇ ਲਈ ਉਹਨਾਂ ਨੇ ਇੱਕ ਪਗਨੂਰ ਬੈਲ ਖਰੀਦਿਆ ਅਤੇ ਜੋ ਆਮ ਦੇ ਨਾਲ ਉਸ ਦੇ ਨਾਲ 100 ਦੇ ਕਰੀਬ ਗਾਵਾਂ ਨੂੰ ਬਰੀਡ ਕਰਾਇਆ, ਮੀਟਿੰਗ ਕਰਾਈ। ਇਹ ਗਾਵਾਂ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਰੱਖੀਆਂ ਗਈਆਂ ਤਾਂ ਕਿ ਉਹਨਾਂ ਦੀਆਂ ਪਰਿਸਥਿਤੀਆਂ ਦਾ ਪਤਾ ਲੱਗੇ ਕਿ ਇਲਾਕੇ ਦਾ ਵੀ ਫਰਕ ਹੈ ਜਦੋਂ ਦੂਸਰੇ ਇਲਾਕੇ 'ਚ ਪਾਲਦੇ ਹੋ। 100 ਦੇ ਵਿੱਚੋਂ 10 ਗਾਵਾਂ ਛੋਟੇ ਕੱਦ ਦੇ 10 ਗਾਵਾਂ ਨੇ ਛੋਟੇ ਕੱਦ ਦੇ ਬੱਚਿਆਂ ਨੂੰ ਜਨਮ ਦਿੱਤਾ, ਜਿਸ ਤਰ੍ਹਾਂ 10-10 ਕਰਕੇ ਇਹ ਸੰਖਿਆ 'ਚ ਹਜ਼ਾਰਾਂ 'ਚ ਹੋ ਗਈ ਹੈ। ਡਾਕਟਰ ਕ੍ਰਿਸ਼ਨ ਮਿਨੀਏਚਰ ਮੇਲ ਪਗਨੂਰ ਦੇ ਫੀਮੇਲ ਪਗਨੂਰ ਦੀ ਬਰੀਡ ਕਰਾ ਕੇ ਸਿੱਧੇ ਮਿਨੀਏਚਰ ਪਗਨੂਰ ਗਾਂ ਲੈਂਦੇ ਨੇ। ਅਤੇ ਜਿਸ ਤਰ੍ਹਾਂ ਗੌਰਮੈਂਟ ਵੈਟਨਰੀ ਹਸਪੀਟਲ ਉਜੈਨ ਦੇ ਡਾਕਟਰ ਆਰ ਚੌਹਾਨ ਦੱਸਦੇ ਨੇ ਕਿ ਪਗਨੂਰ ਗਾਂ A2 ਕੈਟਾਗਰੀ ਦੁੱਧ ਦਿੰਦੀ ਹੈ। ਇਸ ਤੋਂ ਦੁੱਧ ਵਿੱਚ ਕਈ ਔਸ਼ਧੀ ਗੁਣ ਨੇ, ਹਾਈਪਰ ਟੈਂਸ਼ਨ, ਸਕਿਨ, ਆਰਥਰਾਈਟਸ, ਬਲੱਡ ਪ੍ਰੈਸ਼ਰ ਅਤੇ ਕਈ ਬਿਮਾਰੀਆਂ ਨੂੰ ਠੀਕ ਕਰਦਾ। ਅਤੇ ਇਸ ਦੇ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਗਨੂਰ ਦੇ ਵਿੱਚ A2 ਦੁੱਧ ਦੇ ਵਿੱਚ ਜਿਹੜਾ ਕਿਸਾਈਨ ਪ੍ਰੋਟੀਨ ਜ਼ਿਆਦਾ ਹੁੰਦਾ, ਜਿਸ ਕਰਕੇ ਵਿਟਾਮਿਨ A, ਵਿਟਾਮਿਨ D, ਵਿਟਾਮਿਨ B12, ਕੈਲਸ਼ੀਅਮ, ਥਾਇਰਮ, ਰਾਈਬੋਫਲਿਨ ਅਤੇ ਪੋਟਾਸ਼ੀਅਮ ਹੁੰਦਾ। ਇਸ ਦੇ ਵਿੱਚ ਓਮੈਗਾ-3 ਫੈਟੀ ਐਸਿਡ ਵੀ ਹੁੰਦਾ ਜੋ ਬਾਡੀ ਮਕੈਨਿਜ਼ਮ ਦੀ ਸਮੂਦਲੀ ਚਲਾਉਣ ਦਾ, ਉਹਨੂੰ ਆਰਾਮ ਨਾਲ ਚਲਾਉਣ 'ਚ ਮਦਦਗਾਰ ਹੁੰਦਾ। ਇਸ ਦੇ ਦੁੱਧ ਦੀ ਫੈਟ 8 ਪੁਆਇੰਟ 8 ਤੱਕ ਫੈਟ ਹੁੰਦੀ ਹੈ, 8% ਜਿਵੇਂ ਮੱਝਾਂ 'ਚ ਹੁੰਦੀ ਹੈ 8-9 ਦੀ ਫੈਟ, 10 ਦੀ ਫੈਟ ਗਾਵਾਂ 'ਚ, 2-3-4-5 ਹੈ ਨਾ, ਵੱਧ ਤੋਂ ਵੱਧ 5 ਤੱਕ ਦੇਸੀ ਗਾਵਾਂ 'ਚ। ਅਤੇ ਜਿਸ ਦੌਰਾਨ ਇਸ ਪਗਨੂਰ ਨਸਲ ਦੀ ਜਿਹੜੀ ਫੈਟ ਹੈ ਉਹ 8% ਹੈ। ਇਸ ਦੇ ਦੁੱਧ ਦੇ ਵਿੱਚ ਜਿਹੜੀ ਫੈਟ 3-5% ਹੁੰਦਾ ਹੈ। ਅਤੇ ਦੁੱਧ ਦੀ ਕੀਮਤ 300-1,000 ਰੁਪਏ ਲੀਟਰ ਅਤੇ ਘਿਓ ਦੀ ਕੀਮਤ 10,000-50,000 ਰੁਪਏ ਕਿਲੋ। ਅਤੇ ਇਸ ਦੇ ਯੂਰਿਨ ਦੇ ਵਿੱਚ, ਪਿਸ਼ਾਬ ਦੇ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਨੇ, ਜਾਣੀ ਇਹਦਾ ਪਿਸ਼ਾਬ ਵੀ ਭਾਈ ਜ਼ਿਆਦਾ ਕੀਮਤੀ ਹੈ। ਆਂਧਰਾ ਦੇ ਕਿਸਾਨ ਇਸ ਦਾ ਪ੍ਰਯੋਗ ਫਸਲਾਂ ਦੇ ਛਿੜਕਾਅ ਲਈ ਕਰਦੇ ਨੇ ਅਤੇ ਕੀਟਨਾਸ਼ਕ ਦੀ ਤਰ੍ਹਾਂ ਕੰਮ ਕਰਦਾ। ਇਸ ਯੂਰਿਨ ਦੇ ਵਿੱਚ ਜਿਹੜਾ ਇਸਦਾ ਪਿਸ਼ਾਬ ਆ ਉਹ ਵੀ 10 ਰੁਪਏ ਕਿਲੋ ਅਤੇ ਗੋਬਰ, ਇਸਦਾ ਗੋਹਾ 5 ਰੁਪਏ ਕਿਲੋ ਵਿਕਦਾ। ਪ੍ਰਧਾਨ ਮੰਤਰੀ ਹਾਊਸ ਅਤੇ ਦੇਸ਼ ਦੇ ਵਿੱਚ ਕਈ ਹੋਰ CM ਹਾਊਸ ਦੇ ਵਿੱਚ ਵੀ ਇਹ ਪਗਨੂਰ ਗਾਂ ਪਹੁੰਚ ਗਈ ਹੈ। ਡਾਕਟਰ ਕ੍ਰਿਸ਼ਨ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਜਿਹਨਾਂ ਗਾਵਾਂ ਨੂੰ ਪ੍ਰੇਮ ਕਰਦੇ ਨੇ, ਇਸ ਕਰਕੇ ਉਸੇ ਗਊਸ਼ਾਲਾ 'ਚੋਂ ਗਾਂ ਲਿਆਂਦੀ ਗਈ ਹੈ। ਦਿੱਲੀ ਦੇ ਕਿਸੇ ਵਿਅਕਤੀ ਨੇ ਇਸ ਨੂੰ ਖਰੀਦਿਆ ਸੀ ਅਤੇ ਬਾਅਦ ਵਿੱਚ ਉਹ ਪ੍ਰਧਾਨ ਮੰਤਰੀ ਆਫਿਸ ਨੂੰ ਉਹਨਾਂ ਨੇ ਗਿਫਟ ਦਿੱਤਾ।
ਪੀਐਮ ਹਾਊਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਯੋਗੀ, ਇਹ ਸਾਰੇ ਸੀਐਮ ਹਾਊਸ ਦੇ ਵਿੱਚ ਇਹ ਗਾਵਾਂ ਖਰੀਦ ਕੇ ਰੱਖੀਆਂ ਗਈਆਂ। ਡਾਕਟਰ ਕ੍ਰਿਸ਼ਨ ਦੱਸਦੇ ਨੇ ਕਿ ਉਹਨਾਂ ਦੀ ਗਊਸ਼ਾਲਾ 'ਚ 1200 ਗਾਵਾਂ ਨੇ, ਜਿਨ੍ਹਾਂ ਦੀ ਦੇਖ ਰੇਖ ਲਈ 4 ਵੈਟਰਨਰੀ ਡਾਕਟਰ ਜਾਂ ਹੋਰ 50 ਲੋਕਾਂ ਦਾ ਸਟਾਫ ਹੈ। ਹਰ ਮਹੀਨੇ 60 ਲੱਖ ਰੁਪਏ ਇਸ 'ਤੇ ਖਰਚ ਕਰਦੇ ਨੇ 1200 ਗਾਵਾਂ 'ਤੇ। ਅਤੇ ਜਿਸ ਦੌਰਾਨ ਐਸਾ ਖਰਚਾ ਕੱਢਣ ਲਈ ਉਸ ਪਗਨੂਰ ਗਾਂ ਦੀ ਕੀਮਤ ਲੱਖਾਂ 'ਚ ਹੋ ਜਾਂਦੀ ਹੈ। ਡਾਕਟਰ ਕ੍ਰਿਸ਼ਨ ਦੱਸਦੇ ਨੇ ਕਿ ਆਪਣੇ ਗਊਸ਼ਾਲਾ ਦੇ ਵਿੱਚ ਗਾਵਾਂ ਦੀ ਕੀਮਤ ਉਹ 10,000 ਤੱਕ ਲਿਆਉਣਾ ਚਾਹੁੰਦੇ ਨੇ, ਤਾਂ ਜੋ ਇਹ ਸਸਤੀ ਹੋ ਜਾਵੇ, ਤਾਂ ਕਿ ਹਰ ਇਨਸਾਨ ਦੇ ਘਰ ਕੁੱਤੇ ਦੀ ਜਗ੍ਹਾ ਉਹ ਗਾਂ ਪਾਲੀ ਜਾਵੇ। ਮੰਨ ਲਓ ਜਿਵੇਂ ਕਹਿ ਦਿੰਦੇ ਨੇ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਗੇ, ਅਲੇ ਤਾਂ ਚੱਕਣੀ ਪਈ, ਜਾਣੀ ਹੁਣ ਤੁਸੀਂ ਗਾਂ ਵੀ ਰੱਖੋ, ਕੁੱਤੇ ਵਾਲਾ ਸ਼ੌਕ ਵੀ ਪੂਰਾ ਕਰੋ ਅਤੇ ਨਾਲੇ ਦੁੱਧ ਦੇਵੇ। ਸੋ ਇਸ ਕਰਕੇ ਪ੍ਰਧਾਨ ਮੰਤਰੀ ਵੀ ਇਹਨਾਂ ਗਾਵਾਂ ਦੇ ਪੂਰਨ ਸ਼ੌਕੀਨ ਨੇ। ਸੋ ਇਹ ਸੀ ਕਿੱਸਾ ਮੋਦੀ ਸਾਹਿਬ ਦੀ ਵੱਛੜੀ ਦਾ। ਇਹਦੇ ਮੱਥੇ 'ਤੇ ਹੁਣ ਇਹ ਜਿਹੜੀ ਵੱਛੀ ਪੈਦਾ ਹੋਈ ਹੈ ਤੁਸੀਂ ਵੇਖ ਰਹੇ ਹੋ ਸਕਰੀਨ 'ਤੇ, ਇਹਦੇ ਉਸਦੇ ਮੱਥੇ 'ਤੇ ਥੋੜ੍ਹਾ ਜਿਹਾ ਫੁੱਲ ਹੈ। ਸੋ ਜਿਸ ਕਰਕੇ ਮੋਦੀ ਸਾਹਿਬ ਨੇ ਹੁਣ ਇਸ ਦੇ ਮੱਥੇ 'ਤੇ ਫੁੱਲ ਹੋਣ ਕਰਕੇ ਇਸ ਦਾ ਜਿਹੜਾ ਨਾਂ ਹੈ ਉਹ ਪੁਗਨੂਰ ਦਿਵ ਜੋਤੀ ਇਸ ਦਾ ਨਾਂ ਰੱਖਿਆ। ਸੋ ਵੱਡੇ ਲੋਕਾਂ ਦੀਆਂ ਵੱਡਾਂ ਗੱਲਾਂ। ਸੋ ਭਾਈ ਆਪਾਂ ਵੀ ਇਸ ਤਰ੍ਹਾਂ ਦੀ ਗਾਂ ਦਾ ਨਾਂ ਨੂੰ ਰੱਖ ਲਈਏ। ਸੋ ਇਸ ਕਰਕੇ ਆਪਾਂ ਵੀ ਇਹਨਾਂ ਚੀਜ਼ਾਂ 'ਤੇ ਗੌਰ ਫਰਮਾਈਏ। ਸੋ ਇਸ ਕਰਕੇ ਆਪਾਂ ਵੀ ਭਾਈ ਸਮਿਆਂ ਦੇ ਮੋਦੀ ਹਾਂ। ਸੋ ਇਸ ਕਰਕੇ ਇਹ ਜਿਹੜਾ ਸਿਲਸਿਲਾ ਮੋਦੀ ਸਾਹਿਬ ਦੇ ਗਾਵਾਂ ਦੇ ਕਾਰੋਬਾਰ ਨਾਲ ਸੰਬੰਧਿਤ ਹੈ, ਆਪਾਂ ਵੀ ਇਸ 'ਤੇ ਗੌਰ ਫਰਮਾਈਏ। ਸੋ ਇਹ ਸੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਗਾਂ ਦਾ ਕਿੱਸਾ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ, ਤਾਂ ਅੱਗੇ ਸ਼ੇਅਰ ਅਤੇ ਸਾਂਝਾ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਤੱਕ ਕਰ ਦਿਆ ਕਰੋ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30, ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਅਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਅਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਨੰਬਰ 9876630956 'ਤੇ ਤੁਸੀਂ ਇਹ ਮੰਗਵਾ ਸਕਦੇ ਹੋ। ਮੁਕੱਦਰ ਜੀ ਵੀ ਦੁੱਧ ਦਾ ਕਾਰੋਬਾਰ ਕਰਦੇ ਆ। ਮੁਕੱਦਰ ਜੀ, ਔਲਖ ਸਾਹਿਬ ਦਵਾਈ ਵੀ ਤੁਹਾਨੂੰ ਫਿਰ ਮੋਦੀ ਸਾਹਿਬ ਵਾਲੀ ਗਾਂ? ਹਾਂਜੀ, ਸਤਿ ਸ਼੍ਰੀ ਅਕਾਲ ਟਵਾਣਾ ਜੀ। ਸਤਿ ਸ਼੍ਰੀ ਅਕਾਲ ਟਵਾਣਾ ਜੀ। ਚਲੋ, ਗਾਂ ਤਾਂ ਚੰਗੀ ਗੱਲ ਹੈ ਵੀ ਜੇ ਲੋਕ ਸੁਨੇਹਾ ਲੈ ਲੈਣੇ ਇਹਦੇ ਤੋਂ, ਮੋਦੀ ਸਾਹਿਬ ਤੋਂ ਵੀ ਗਾਵਾਂ ਪਾਲਣੀਆਂ ਚਾਹੀਦੀਆਂ ਨੇ। ਬਿਲਕੁਲ, ਸ਼ੌਕ ਰੱਖਣਾ ਚਾਹੀਦਾ। ਹਾਂਜੀ, ਯੂਪੀ ਵਾਲੇ ਟਵਾਣਾ ਜੀ, ਚਲੋ ਇਹ ਤਾਂ ਠੀਕ ਆ, ਮੋਦੀ ਸਾਹਿਬ ਨੂੰ ਉੱਧਰ ਵੀ ਸੋਚਣਾ ਚਾਹੀਦਾ। ਆ ਜਿਹੜੀ ਚਲੋ ਹੋਰ ਤਾਂ ਹੈਗਾ ਸੀ ਆਰਕਸ਼ਣ ਦੇ ਹੋਰ ਮੁੱਦੇ, ਇੱਕ ਯੂਪੀ ਦੇ ਵਿੱਚ ਇਹ ਵੀ ਵੱਡਾ ਮੁੱਦਾ ਸੀ ਗਾਵਾਂ ਵਾਲਾ, ਜਿਹੜੀਆਂ ਆਵਾਰਾ ਗਾਵਾਂ ਲੋਕਾਂ ਨੂੰ ਦੁਖੀ ਕਰਦੀਆਂ ਨੇ ਉੱਥੇ, ਜਿਹੜਾ ਇਹ ਮਾਰਨ ਨੀ ਦਿੰਦੇ ਜਾਂ ਮਾਰਨ ਨੀ ਦਿੰਦੇ ਜਾਂ ਫਿਰ ਉਹਨਾਂ ਦਾ ਹੱਲ ਕਰਨ, ਕੁਛ ਵੀ ਕਰਨ, ਚਲੋ ਆਪਾਂ ਨੀ ਕਹਿੰਦੇ ਵੀ ਮਾਰੋ ਉਹਨਾਂ ਨੂੰ, ਤੇ ਉੱਧਰ ਵੀ ਤਾਂ ਧਿਆਨ ਦੇਣਾ ਚਾਹੀਦਾ ਨਾ। ਇੱਕ ਫੋਟੋ ਖਿਚਾ ਕੇ ਟਵੀਟ ਕਰ ਦਿੱਤਾ ਜੀ। ਬਿਲਕੁਲ। ਤੇ ਬਾਕੀ ਜਿਹੜਾ ਹੁਣ ਜੇ ਚਲੋ ਇਹ ਗਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ 7.5 ਮਹੀਨਿਆਂ 'ਚ ਵੀ ਸੂਣੀ ਚਾਹੀਦੀ ਹੈ, ਵੀ ਇੰਨੇ ਅਸੀਂ ਬੱਚੇ ਲੈਣੇ ਨੇ। ਹਾਂ, 5 ਸਾਲ 'ਚ 8 ਸੂਏ ਕਿਵੇਂ ਲੈਣਗੇ ਬਾਈ ਜੀ, ਹੈਰਾਨੀ ਦੀ ਗੱਲ ਆ ਵੀ ਉਹ ਤੋਂ ਫਿਰ ਉਹ ਧੱਕਾ ਨੀ ਗਾਂ ਨਾਲ। ਨਹੀਂ, ਧੱਕਾ ਤਾਂ ਹੈਗਾ ਟਵਾਣਾ ਜੀ, ਫੇਰ ਕਹਿਣਗੇ ਵੀ ਕਾਲ ਪਿਆ ਸੀ, ਉਹਦਾ ਕੱਦ ਘਟ ਗਿਆ ਸੀ, ਜਦੋਂ ਗਰੋਥ ਪੂਰੀ ਨਹੀਂ ਹੋਊ, ਬੱਚਾ ਪੂਰੇ ਟਾਈਮ 'ਚ ਨਹੀਂ ਹੋਊਗਾ, ਤਾਂ ਫਿਰ ਉਹੀ ਗੱਲ, ਉਹਦਾ ਕੱਦ ਘਟ ਜਾਂ ਉਹ ਕਿਵੇਂ ਪੂਰਾ ਹੋਊਗਾ ਜੀ ਉਹ। ਹਾਂ, ਉਹ ਤਾਂ ਸਰੀਰਕ ਵਿਗਾੜ ਆ ਨਾ ਫਿਰ ਉਹ, ਜਦੋਂ ਤੁਸੀਂ ਕਿਸੇ ਚੀਜ਼ 'ਤੇ ਐਡਾ ਸਟ੍ਰੈਸ ਪਾਉਂਦੇ ਹੋ, ਬਹੁਤੇ ਨਿਆਣੇ ਜੰਮ ਕੇ ਫਿਰ ਉਹ ਕਿਤੇ ਨਾ ਕਿਤੇ ਜਿਹੜੀ ਆ ਜਨਣੀ ਕਮਜ਼ੋਰ ਤਾਂ ਹੁੰਦੀ ਆ ਨਾ।
ਫਿਰ ਹੋਰ ਕੱਦ ਘੱਟ ਜੂਗਾ ਜੀ, ਫਿਰ ਕਹਿ ਦੇਣਗੇ ਵੀ ਕਾਲ ਪਿਆ ਸੀ ਤਾਂ ਘੱਟ ਗਿਆ ਸੀ ਕੱਦ, ਨਹੀਂ ਫਿਰ ਕਹਿਣਗੇ ਹੋਰ ਖਾਸ ਹੋ ਗਈ ਹੁਣ, ਹੋਰ ਪਿਓਰ ਹੋ ਗਈ। ਥੈਂਕ ਯੂ। ਪਰ ਇਹ ਜਿਹੜੇ ਇੱਕ ਸੈਕਿੰਡ ਦਵਾਣਾ ਜੀ, ਜਿਹੜੇ ਇਹਦੇ ਨਾਲ ਕਿੱਸੇ ਜੁੜੇ ਨੇ ਨਾ, ਮੈਂ ਧਰਮ ਦੀ ਵੀ ਚਲੋ ਤੁਸੀਂ ਗੱਲ ਕਰਦੇ ਹੋ ਕਿਵੇਂ ਵਰਤਿਆ ਜਾਂਦਾ ਇਹ ਨਾ, ਹੁਣ ਜਿਹੜਾ ਗਣੇਸ਼ ਦੀ ਜਿਹੜੀ ਚੱਲ ਰਹੀ ਆ ਆਪਣੀ ਆਹ ਪੂਜਾ ਜਿਹੜੀ ਕਰਦੇ ਨੇ, ਤੇ ਇਹ ਹੁਣ ਵੇਖੋ ਟਵਾਣਾ ਜੀ ਆਸਥਾ ਦਾ ਸਵਾਲ ਹੈ। ਕਈ ਲੋਕੀ ਪੱਥਰ ਰੱਖ ਕੇ ਜਾਂ ਕਿਸੇ ਚੀਜ਼ ਨੂੰ ਵੀ ਗਣੇਸ਼ ਮੰਨ ਕੇ ਉਹਨਾਂ ਦੀ ਪੂਜਾ ਕਰ ਲੈਂਦੇ ਨੇ ਜਿਵੇਂ ਜਿਹਦੀ ਹੈਸੀਅਤ ਹੈ। ਪਰ ਮੁੰਬਈ ਦੇ ਵਿੱਚ ਕੱਲ ਮਹਾਰਾਸ਼ਟਰ 'ਚ ਵੀਡੀਓ ਵਾਇਰਲ ਹੋਇਆ ਟਵਾਣਾ ਜੀ, ਉੱਥੇ ਨਾ ਲਾਲ ਬਾਗਚਾ ਹੈਗਾ ਕੋਈ ਜਗ੍ਹਾ ਜਿਵੇਂ ਉੱਥੇ ਮਸ਼ਹੂਰ ਮਸ਼ਹੂਰ ਹੈ ਹਾਂ ਵੱਡਾ ਪੰਡਾਲ ਬਾਰੇ ਗੱਲ ਕਰ ਜੀ, ਵੀ ਉਹਦੇ ਬਾਰੇ ਪ੍ਰਚਾਰ ਉੱਥੇ ਕੀਤਾ ਹੋਇਆ ਜੀ। ਹੈਲੋ, ਹਾਂਜੀ ਹਾਂਜੀ, ਆਵਾਜ਼ ਆ ਰਹੀ ਆਵਾਜ਼ ਜੀ? ਆ ਰਹੀ ਆ ਰਹੀ ਹੈ, ਗੱਲ ਕਰੋ। ਹਾਂਜੀ, ਵੀ ਉੱਥੇ ਪ੍ਰਚਾਰ ਕੀਤਾ ਹੋਇਆ ਵੀ ਇਹ ਸਪੈਸ਼ਲ ਨੇ ਗਣੇਸ਼ ਜੀ, ਵੀ ਇਹ ਆਹ ਹੁੰਦਾ ਜੀ, ਇੱਥੋਂ ਆਹ ਮਨੋਕਾਮਨਾ ਪੂਰੀ ਹੁੰਦੀ ਹੈ। ਤੇ ਉੱਥੇ ਤੁਸੀਂ ਐਂ ਦੇਖ ਲਓ ਟਵਾਣਾ ਜੀ ਵੀ ਲਾਈਨਾਂ ਲੱਗੀਆਂ ਹੋਈਆਂ ਨੇ 14-14 ਘੰਟੇ ਮੰਨ ਲਓ ਖੜੇ ਰਹਿੰਦੇ ਨੇ ਲਾਈਨਾਂ ਦੇ ਵਿੱਚ, ਤੇ ਜਿਵੇਂ ਇੱਕ ਅਮੀਰ ਭਗਤ ਤੇ ਇੱਕ ਉਦੋਂ ਘੱਟ ਅਮੀਰ ਤੇ ਇੱਕ ਉਦੋਂ ਜਿਹੜਾ ਥੱਲੇ ਵਾਲੀ ਸ਼੍ਰੇਣੀ ਵਾਲਾ ਗਰੀਬ ਆ ਗਿਆ। ਹੁਣ ਉੱਥੇ ਗਣੇਸ਼ ਦੀਆਂ ਦੋ ਲੱਤਾਂ ਵੰਡੀਆਂ ਹੋਈਆਂ ਨੇ ਟਵਾਣਾ ਜੀ, ਉੱਥੇ ਕੀ ਜਿਹੜੇ ਗਰੀਬ ਨੇ ਉਹ 14-15 ਘੰਟੇ ਤਾਂ ਲਾਈਨ 'ਚ ਆਉਣ ਵਾਸਤੇ ਮੱਥਾ ਟੇਕਣ ਵਾਸਤੇ ਵੇਟ ਕਰਦੇ ਨੇ ਜੀ, ਤੇ ਉਹਨੂੰ ਇੱਕ ਔਰਤ ਖੜੀ ਹੈ ਜੀ, ਉਹ ਇੱਕ ਸੈਕਿੰਡ ਤੋਂ ਵੀ ਪਹਿਲਾਂ ਉਹਨੂੰ ਪਿਛਾਂ ਧਕੇਲ ਦਿੰਦੀ ਵੀ ਮੱਥਾ ਵੀ ਨਹੀਂ ਪੂਰਾ ਟੇਕਣ ਦਿੰਦੀ ਜੀ। ਤੇ ਇੱਕ ਲੱਤ ਵਾਲੇ ਪਾਸੇ ਖੜੇ ਨੇ ਜਿਹੜੇ ਅਮੀਰ ਨੇ ਜੀ, ਉਹ ਗਣੇਸ਼ ਵਾਲੇ ਪਾਸੇ ਕੰਡ ਕਰਕੇ ਐਨ ਆਰਾਮ ਨਾਲ ਖੜ ਕੇ ਸੈਲਫੀਆਂ ਖਿਚਾ ਰਹੇ ਨੇ ਜੀ, ਲਾ ਲਓ ਬਸ 1-2 ਇੰਚ ਦੀ ਦੂਰੀ ਹੈ ਬਸ ਇੱਕ ਲੱਤ ਤੇ ਦੂਜੀ ਲੱਤ ਦੇ ਵਿੱਚ। ਤੇ ਤੀਜਾ ਹੈਗੇ ਨੇ ਜੀ ਅੰਬਾਨੀ ਸੇਠ, ਉਹਨਾਂ ਦਾ ਜਿਹੜਾ ਮੁੰਡਾ ਜਿਹੜਾ ਜਿਹਦਾ ਵਿਆਹ ਹੋਇਆ ਜੀ, ਉਹਨਾਂ ਦਾ ਨਾਂ ਵੀ ਪੂਰੀ ਵੱਡੀ ਪੱਟੀ 'ਚ ਚੱਲਦਾ ਜੀ ਸਾਰਾ ਦਿਨ, ਤੇ ਉਹਨਾਂ ਵਾਸਤੇ ਉਹ ਦੋਵੇਂ ਲੱਤਾਂ ਹੀ ਹੈਗੀਆਂ ਨੇ ਜੀ, ਉਹ ਪੂਰਾ ਖੜ ਕੇ ਆਪਣਾ ਆਰਾਮ ਨਾਲ ਸਾਰਾ ਕੁਛ ਕਰ ਸਕਦੇ ਨੇ ਜੀ। ਵਾਲ ਉਹਦੇ ਸਿਰ ਤੇ ਫਿਰ ਵੀ ਨਹੀਂ ਆਉਣਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਆ। ਨਹੀਂ ਇਹ ਇਹ ਤੁਸੀਂ ਦੇਖ ਲਓ ਟਵਾਣਾ ਜੀ ਵੀ ਇਹ ਹਿਸਾਬ ਨਾਲ ਧਰਮ ਦੀ ਵਰਤੋਂ ਜਾਂ ਜਿਵੇਂ। ਹਾਂ ਉਹਦੇ 'ਚ ਮਤਲਬ ਫਰਕ ਹੈ, ਅਮੀਰ ਤੇ ਗਰੀਬ ਦਾ ਜਿਵੇਂ VVIP ਟ੍ਰੀਟਮੈਂਟ ਦੇਣਾ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬਿਲਕੁਲ, ਥੈਂਕ ਯੂ, ਧੰਨਵਾਦ, ਮਿਹਰਬਾਨੀ ਮਿਹਰਬਾਨੀ। ਉਹ ਤਾਂ ਫਰਕ ਹੈ ਨਾ, ਹੁਣ VVIP ਲਈ ਵੱਖਰੀ ਲੈਣ, ਇਹ ਤਾਂ ਸਾਡੇ ਵੀ ਚੱਲਦਾ। ਲੋਕ ਕਹਿੰਦੇ ਸੀ ਕਿ ਵੱਡੇ ਘਰ ਵਾਲਿਆਂ ਨੂੰ ਜ਼ਿਆਦਾ ਪਾਠ ਕਰਨ ਦਾ ਮੌਕਾ ਮਿਲ ਜਾਂਦਾ, ਆਮ ਬੰਦੇ ਦਾ ਹਰ ਕੀ ਪੌੜੀ 'ਤੇ ਪਾਠ ਦਾ ਨੰਬਰ ਨਹੀਂ ਆਉਂਦਾ। ਸੋ ਫਰਕ ਹੈ ਨਾ, ਅਮੀਰ ਅਤੇ ਗਰੀਬ ਦੇ ਧਰਮ, ਉਹਦੇ 'ਚ ਵੀ ਫਰਕ ਹੈ।